ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵੀ ਜਿੰਨੇ ਵੀ ਸੰਗਤ ਕਰਵਾਸਰਾ ਸਮਾਜ ਸੇਵੀ ਸੰਸਥਾ ਦੇ ਨਾਲ ਜੁੜੀ ਹੈ ਸੋ ਅੱਜ ਸ਼ੁੱਕਰਵਾਰ ਸੀ ਅੱਜ ਫੇਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇਖੇ ਤਕਰੀਬਨ 500 ਪੇਸ਼ੈਂਟ ਦਾ ਜਿਹੜਾ ਅਸੀਂ ਲੰਗਰ ਲੈ ਕੇ ਰਵਾਨਾ ਹੋਇਆ ਪਿੰਡ ਤੋਂ ਸਭ ਤੋਂ ਪਹਿਲਾਂ ਬੇਨਤੀ ਹੈ ਵੀਡੀਓ ਨੂੰ ਅੱਗੇ ਬਾਅਦ ਤਵਾਂ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਵੀ ਇੱਕ ਬੜਾ ਵੱਡਾ ਉਪਰਾਲਾ ਹੈ ਜਿਹੜਾ ਐਨੀ ਸੰਗਤ ਦੇ ਵਾਸਤੇ ਲੰਗਰ ਪ੍ਰਸ਼ਾਦਾ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਲੈ ਕੇ ਸਾਡੇ ਐਨਜੀਓ ਦੇ ਸਾਰੇ ਵਲੰਟੀਅਰ ਸਵੇਰ ਨੂੰ ਉੱਥੇ ਪਹੁੰਚਦੇ ਐ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਲੰਗਰ ਪ੍ਰਸ਼ਾਦਾ ਹੈ ਉੱਥੇ ਮਰੀਜ਼ਾਂ ਦੇ ਲਈ ਮਰੀਜ਼ਾਂ ਦੇ ਨਾਲ ਜਿਹੜੇ ਪੇਰੈਂਟਸ ਐ ਉਹਨਾਂ ਦੇ ਲਈ ਔਰ ਜਿਹੜੇ ਲੋਕਲ ਵੀ ਉੱਥੇ ਕੁਝ ਲੋਕ ਹੁੰਦੇ ਐ ਉਹਨਾਂ ਦੇ ਵਾਸਤੇ ਲੰਗਰ ਪ੍ਰਸ਼ਾਦਾ ਉੱਥੇ ਖੁੱਲਾ ਵਰਤਾਇਆ ਜਾਂਦਾ ਹੈ। ਸੋ ਸੰਗਤ ਜੀ ਦੱਸ ਦੇਣਾ ਚਾਹੁੰਦਾ ਕਿ ਇਸ ਉਪਰਾਲੇ ਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਸੋ ਆਓ ਕਰੋ ਆਸਰਾ ਸੰਸਥਾ ਦੇ ਮੈਂਬਰ ਬਣੋ। ਕਰੋ ਆਸਰਾ ਸੰਸਥਾ ਦੇ ਮੈਂਬਰ ਬਣ ਕੇ ਤੁਸੀਂ ਬੇਆਸਰੇ, ਦੀਨ ਦੁਖੀਆਂ ਦੇ ਬੇਸਹਾਰਿਆਂ ਦੇ ਉਹਨਾਂ ਦਾ ਸਾਥ ਦੇਖ ਕੇ ਉਹਨਾਂ ਦੀਆਂ ਸੀਸਾਂ ਤੇ ਪੁੰਨ ਦੇ ਭਾਗੀ ਵੰਡ ਸਕਦੇ ਹੁ ਦੁਨੀਆ ਦੇ ਉੱਪਰ ਇਸ ਤੋਂ ਵੱਡਾ ਕੋਈ ਇਨਸਾਨੀਅਤ ਦੀ ਸੁੱੱਚੀ ਸੇਵਾ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਸੋ ਆਓ ਜੁੜੋ ਕਰੋ ਆਸਰਾ ਐਨ ਜੀਓ ਦੇ ਨਾਲ ਕਰੋ ਆਸਰਾ ਐਨ ਜੀਓ ਪਿਛਲੇ ਕਾਫੀ 5-7 ਸਾਲਾਂ ਤੋਂ ਬੇਆਸਰੇ ਦੀਨ ਦੁਖੀਆਂ ਦੇ ਕਸ਼ਟਾਂ ਦੇ ਵਿੱਚ ਉਹਨਾਂ ਦੇ ਜੋ ਔਖਾ ਸਮਾਂ ਹੁੰਦਾ ਹੈ ਜਾਂ ਕੋਈ ਰੋਗ ਨਾਲ ਪੀੜਤ ਹੁੰਦੇ ਆ ਜਾਂ ਸਕੂਲ 'ਚ ਪੜ੍ਹਦੇ ਬੱਚਿਆਂ ਦੀਆਂ ਫੀਸਾਂ ਵਗੈਰਾ ਨਹੀਂ ਭਰਿਆ ਜਾ ਸਕਦੀਆਂ ਲਗਾਤਾਰ ਉਹਨਾਂ ਦਾ ਆਸਰਾ ਬਣਦੀ ਆ ਰਹੀ ਹੈ ਜਿਹੜੇ ਪਰਿਵਾਰਾਂ ਦੀ ਸਿਰ ਤੇ ਛੱਤਾਂ ਨਹੀਂ ਮਕਾਨ ਜਿਹੜੇ ਕਮਰੇ ਡਿੱਗੇ ਪਏ ਆ ਉਹਨਾਂ ਨੂੰ ਬਣਾ ਕੇ ਦਿੰਦੀ ਹੈ بے ਆਸਰੇ ਲੋਕਾਂ ਦਾ ਇਲਾਜ ਕਰਵਾ ਕੇ ਦਿੰਦੀ ਹੈ ਇਸ ਤੋਂ ਇਲਾਵਾ ਜਿਹੋ ਜਿਹਾ ਮੌਸਮ ਹੁੰਦਾ ਉਹਦਾਂ ਦੇ ਵਸਤਰ ਉਹਦਾਂ ਦੇ ਕੱਪੜੇ ਉਹਦਾਂ ਦੇ ਕੰਬਲ ਰਜਾਈਆਂ ਕਰਵਾਸਰਾਇਨ ਜੀ ਵੱਲੋਂ ਸਮੇਂ-ਸਮੇਂ ਤੇ ਪਿੰਡ ਗੀਦੀ ਜਾਂਦੀ ਹੈ ਗਰੀਬ ਲੜਕੀਆਂ ਦੇ ਵਿਆਹਾਂ ਦੇ ਵਿੱਚ ਵੀ ਕਾਫੀ ਜਿਹੜਾ ਯੋਗਦਾਨ ਪਾਇਆ ਜਾਂਦਾ ਸੋ ਸਾਧ ਸੰਗਤ ਜੀ ਜਿਆਦਾ ਤੁਹਾਡੇ ਸਹਿਯੋਗ ਦੇ ਨਾਲ ਇਹ ਲਗਾਤਾਰ ਗੁਰਪ ਚੱਲਦਾ ਆ ਰਿਹਾ ਹੈ ਚਲਦਾ ਰਹੂਗਾ ਵੀ ਸੋ ਸਾਰਿਆਂ ਨੂੰ ਬੇਨਤੀ ਹੈ ਆਓ ਆਪਾਂ ਰਲ ਮਿਲ ਕੇ ਇਹ ਜਿਹੜੀ ਗੱਡੀ ਹੈ ਇਹ ਵੀ ਇੱਕ ਸੰਸਥਾ ਦੇ ਵੱਲੋਂ ਫੁੱਲ ਲਈ ਗਈ ਹੈ ਸਿਰਫ ਲੰਗਰ ਦੇ ਵਾਸਤੇ ਸੋ ਇਹ ਵੀ ਸਾਧ ਸੰਗਤ ਦੇ ਸਾਰਿਆਂ ਸਹਿਯੋਗ ਨਾਲ ਇਹਦਾ ਵੀ ਜਿਹੜਾ ਟੋਟਲੀ ਜਿਹੜੀ ਸੇਵਾ ਉਹ ਤੁਹਾਡੇ ਸਹਿਯੋਗ ਨਾਲ ਹੀ ਕੱਤਰ ਹੋ ਜਾਈ ਏ ਸੋ ਲੰਗਰ ਵਰਤੋਂ ਉਪਰੰਤ ਤੁਸੀਂ ਦੇਖ ਸਕਦੇ ਹੋ ਕਰੋਵਾਸਰਾ ਸੰਸਥਾ ਦੇ ਮੈਂਬਰ ਸਭਾਨ ਕਿਦਾਂ ਸਫਾਈ ਦੇ ਵਿੱਚ ਲੱਗੇ ਹੋਏ ਐ ਇੱਕ ਇੱਕ ਚੀਜ਼ ਜਿਹੜੀ ਐ ਉਹ ਜਿਹੜਾ ਕੌਲੀਆਂ ਵਗੈਰਾ ਜਿਹੜੀ ਵੇਸਟੇਜ ਐ ਉਹਨੂੰ ਇਕੱਤਰ ਕਰਕੇ ਬਾਹਰ ਕਿਸੇ ਖਾਲੀ ਜਗ੍ਹਾ ਤੇ ਜਿੱਥੇ ਨਜ਼ਰ ਛੁੱਟੀ ਜਾਂਦੀ ਉੱਥੇ ਦਬਾਇਆ ਜਾਂਦਾ ਔਰ ਹਰ ਸ਼ੁੱਕਰਵਾਰ ਇੱਥੇ ਲੰਗਰ ਜਿਹੜਾ ਲੰਗਰ ਪ੍ਰਸ਼ਾਦਾ ਲੈ ਕੇ ਸਸਤਾ ਦੇ ਐਨਜੀਓ ਦੇ ਮੈਂਬਰ ਸਭਾਂ ਪਹੁੰਚਦੇ ਸੋ ਆਪਾਂ ਸਾਰੇ ਰਲ ਮਿਲ ਕੇ ਇਸ ਮਹਾਂ ਜਗ ਦੇ ਵਿੱਚ ਆਪਣਾ ਯੋਗਦਾਨ ਪਾਈਏ ਇਸ ਤੋਂ ਵੱਡਾ ਦੁਨੀਆ ਤੇ ਪੁੰਨ ਨਹੀਂ ਹੋ ਸਕਦਾ ਆਪਣੇ ਬੱਚਿਆਂ ਦੇ ਲਈ ਆਉਣ ਵਾਲੇ ਟਾਈਮ ਦੇ ਲਈ ਸਮੇਂ ਦੇ ਲਈ ਆਪੋ ਪਾਪੀ ਦੁਨੀਆ ਚੋਂ ਨਿਕਲ ਕੇ ਪੁੰਨ ਦੇ ਪਾਖਜ ਹੋਣ ਬਣੀਏ ਵੀਡੀਓ ਨੂੰ ਫੇਰ ਅੱਗੇ ਸ਼ੇਅਰ ਕਰਿਓ ਔਰ ਇੱਕ ਨਵੀਂ ਅਪਡੇਟ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਦੇਵ ਲਾਈਵ ਰੇਡੀਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਰਾਂ ਦਾ ਪੈਣਾ ਦਾ ਸਾਰੀ ਸੰਗਤ